ਇਹ ਤੇਲ ਦੀਆ ਇਉਂ ਜਲੈ, ਕਰ ਚਾਨਣ ਸਾਹਿਬ ਤਉ ਮਿਲੈ। ਹਾਜ਼ਰਾ ਹਜ਼ੂਰ, ਜ਼ਹਿਰਾ ਜ਼ਹੂਰ, ਸਰਬ ਕਲਾ ਭਰਪੂਰ, ਚਵਰ ਛਤਰ ਤਖਤ ਦੇ ਮਾਲਕ, ਰੂਹਾਨੀਅਤ ਦੇ ਭੰਡਾਰ, ਬਰਦੋ ਆਲਮ ਸ਼ਾਹ, ਕਮਾਲ ਕਰਾਮਾਤ, ਕਾਇਮ ਕਰੀਮ, ਰਜ਼ਾ ਬਖਸ਼, ਰਾਜ਼ਿਕ, ਰਿਹਾ ਕੁਨ ਰਹੀਮ, ਅਮਾ ਬਖਸ਼, ਬਖਸ਼ਿੰਦੇ ਉਹ ਦਸਤਗੀਰ, ਖਤਾ ਬਖਸ਼, ਰੋਜ਼ੀ ਦੇਹੋ ਦਿਲ ਪਜ਼ੀਰ, ਕਿ ਸ਼ਹਿਨਸ਼ਾਹ ਖੂਬੀ ਦੇਹੋ ਰਹਿਨਮੂ, ਕਿ ਬੇਗੂਨੋ ਬੇਚੂਨੋ ਚੂੰ ਬੇਨਮੂ, ਸ਼ਹਿਨਸ਼ਾਹ ਵਾਲੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪਾਵਨ ਬੰਦੀ ਛੋੜ ਦਿਵਸ ਲਈ ਆਪ ਸਾਰੀਆਂ ਸੰਗਤਾਂ ਨੂੰ ਹੱਥ ਬੰਨ ਕੇ ਮੁਬਾਰਕਾਂ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਮੁਕੱਦਸ ਹਜ਼ੂਰੀ ਅੰਦਰ ਆਪ ਅੱਜ ਇਸ ਬਹੁਤ ਹੀ ਇਤਿਹਾਸ ਦੇ ਇਹੋ ਜਿਹੇ ਮੁਕੱਦਸ ਭਰੇ ਦਿਨ ਦੇ ਵਿਚਾਰਾਂ ਨੂੰ ਸਰਵਣ ਕਰਨ ਵਾਸਤੇ ਆਇਓ, ਜਿਹੜਾ ਨਾ ਸਿਰਫ ਕਿਸੇ ਹਿੰਦੁਸਤਾਨ ਦੀ ਧਰਤੀ ਦੇ ਖਿੱਤੇ ਦੀ ਰਾਜਨੀਤੀ ਨੂੰ ਹਿਲਾ ਕੇ ਰੱਖਦਾ, ਬਲਕਿ ਜੋ ਕਾਰਜ ਛਟਮ ਪੀਰ ਬੈਠਾ ਗੁਰਭਾਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਕੀਤਾ, ਉਹਨੇ ਪੂਰੇ ਵਿਸ਼ਵ ਦੀ ਰਾਜਨੀਤੀ ਦੇ ਵਿੱਚ ਇੱਕ ਤਰ੍ਹਾਂ ਦੀ ਹਲਚਲ ਲਿਆ ਦਿੱਤੀ। ਨਾ ਸਿਰਫ ਇਹਦਾ ਜ਼ਿਕਰ ਸਿੱਖ ਤਾਰੀਖ ਦੇ ਵਿੱਚ ਮਿਲਦਾ, ਮੈਂ ਪਹਿਲਾਂ ਜ਼ਿਕਰ ਕਰਦਾ ਹਾਂ, ਜੇ ਮੈਂ ਫਤਿਹ ਨਹੀਂ ਗਜਾਈ ਆਪ ਸੰਗਤਾਂ ਨਾਲ ਕਿ ਕਿਹੜੇ ਕਿਹੜੇ ਇਤਿਹਾਸ ਦੇ ਵਿੱਚ, ਕਿਉਂਕਿ ਇਹ ਵਿਸ਼ਵ ਦਾ ਇਤਿਹਾਸ ਹੈ। ਨਾ ਸਿਰਫ ਇਹਦੀ ਗੱਲ ਗੁਰਬਿਲਾਸ ਪਾਤਸ਼ਾਹੀ ਛੇਵੀਂ ਦਾ ਕਰਤਾ ਕਰਦਾ, ਨਾ ਸਿਰਫ ਗੁਰਬਿਲਾਸ ਪਾਤਸ਼ਾਹੀ ਦਸਵੀਂ ਦਾ ਕਰਤਾ ਕਰਦਾ, ਨਾ ਇਕੱਲੇ ਕਾਨ ਸਿੰਘ ਨਾਭਾ ਕਰਦੇ, ਨਾ ਕਵੀ ਸੰਤੋਖ ਸਿੰਘ ਚੂੜਾਮੜ, ਇੱਥੇ ਤੱਕ ਸੀਮਿਤ ਨਹੀਂ ਹੈ, ਕਿਉਂਕਿ ਗਿਆਨੀ ਗਿਆਨ ਸਿੰਘ ਦੇ ਵੀ ਸਾਡੇ ਕੋਲ ਮਹਿਮਾ ਪ੍ਰਕਾਸ਼ ਗ੍ਰੰਥ ਪਏ ਨੇ, ਪ੍ਰਾਚੀਨ ਪੰਥ ਪ੍ਰਕਾਸ਼, ਨਵੀਨ ਪੰਥ ਪ੍ਰਕਾਸ਼, ਇਹ ਸਾਰੇ ਗ੍ਰੰਥ ਮਹਿਮਾ ਪ੍ਰਕਾਸ਼ ਵਾਲਾ ਵੀ ਔਰ ਗੁਰਬਿਲਾਸ ਪਾਤਸ਼ਾਹੀ ਛੇਵੀਂ ਵਾਲਾ ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਬੰਦੀ ਛੋੜ ਦਿਵਸ ਦੀ ਗਵਾਹੀ ਭਰਦੇ ਆ। ਇਸ ਤੋਂ ਅਲਾਇਦਾ ਸਭ ਤੋਂ ਖੋਜ ਭਰਿਆ ਜਿਹੜਾ ਕਾਰਜ ਹੈ ਸਾਡੇ ਕੋਲ ਹੈ, ਉਹ ਭੱਟ ਵਈਆਂ। ਭੱਟ ਵਈਆਂ ਤੋਂ ਐਗਜੈਕਟ ਡੇਟਾਂ ਦਾ, ਐਗਜੈਕਟ ਤਰੀਕਾਂ ਦਾ, ਤਾਰੀਖ ਦਾ ਪਤਾ ਲੱਗਦਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗਵਾਲੀਅਰ ਦੇ ਕਿਲੇ ਤੋਂ ਕਦ ਨਿਕਲੇ ਨੇ, 52 ਰਾਜੇ ਕਿਹੜੇ ਕਿਹੜੇ ਸਨ, ਕਿਹੜੀਆਂ ਰਿਆਸਤਾਂ ਦੇ ਸਨ, ਬਿਜਨੌਰ ਦੇ ਸਨ, ਜਿਹਦੇ ਵਿੱਚ ਪੰਜਾਬ ਦੇ ਵੀ, ਬਿਲਾਸਪੁਰ ਦੇ ਵੀ, ਇੱਥੋਂ ਤੱਕ ਕਿ ਗਵਾਲੀਅਰ ਦੇ ਵੀ, ਔਰ ਕਿਹੜੀ ਤਰੀਕ ਨੂੰ ਜਾ ਕੇ ਉਹ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਪਹੁੰਚੇ ਨੇ। ਪਰ ਇਹ ਸਾਰੇ ਇਤਿਹਾਸ ਨੂੰ ਵਾਚਣ ਲਈ ਸਾਨੂੰ ਇਹਦਾ ਮੁੱਢ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਅੱਜ ਜਿਹੜਾ ਬੰਦੀ ਛੋੜ ਦਿਵਸ ਹੈ, ਜਿਹਨੂੰ ਦੀਵਾਲੀ ਦੇ ਮੌਕੇ ਤੇ ਆਪਾਂ ਇਸ ਦਿਹਾੜੇ ਦੇ ਨਾਲ ਜੋੜ ਕੇ ਮਨਾਉਂਦੇ ਹਾਂ, ਇਹਦਾ ਕੀ ਪਿਛੋਕੜ ਹੈ। ਸੋ ਆਪ ਸਾਰੇ ਤੌਫੀਕ ਬਖਸ਼ੋ, ਜਿੰਨੇ ਕੁ ਗੁਰਦਰਬਾਰ ਦੇ ਵਿੱਚ ਬੈਠੇ ਹੋ, ਜਿੰਨਾ ਕੁ ਸਮਾਂ ਹੈ, ਉਹਨਾਂ ਕੁ ਸਮਾਂ ਆਪਾਂ ਇਕਾਗਰ ਚਿੱਤ ਹੋ ਕੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੀ ਟੇਕ ਲਈਏ। ਪਾਤਸ਼ਾਹ ਜੀ ਆਪ ਅੰਗ ਸੰਗ ਸਹਾਈ ਹੋ ਕਰ ਆਪਣਾ ਇਤਿਹਾਸ ਕਰਾਉਣ ਜੀ। ਆਪ ਜਿੰਨੇ ਗੁਰਦਰਬਾਰ 'ਚ ਬੈਠੇ ਹੋ, ਸਾਰੇ ਰਸਨਾ ਪਵਿੱਤਰ ਕਰੋ, ਗੱਜ ਵੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਤੋਂ ਬਾਅਦ ਜਿਸ ਵੇਲੇ ਬਾਬਾ ਬੁੱਢਾ ਜੀ ਨੇ ਗੁਰਤਾ ਗੱਦੀ ਦੀ ਉਹ ਰੀਤ ਨਿਭਾਈ, ਉਸ ਰੀਤ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਕਿਹਾ ਕਿ ਹੁਣ ਦੋ ਤਲਵਾਰਾਂ ਦੀ ਜ਼ਰੂਰਤ ਹੈ, ਕਿਉਂਕਿ ਇਹ ਤਾਰੀਖ ਦੀ ਰੀਤ ਹੈ। ਜੇ ਕਿਸੇ ਸਰਕਾਰੀ ਅਹਿਲਕਾਰਾਂ ਦੇ ਨਾਲ ਮਸਲਾ ਸੁਲਝਾਉਣ ਦੀ ਗੱਲ ਕੀਤੀ ਜਾਂਦੀ ਹੈ, ਸਾਡੀ ਸਿੱਖ ਤਾਰੀਖ ਹੈ ਉਹ ਤਿੰਨ ਗੱਲਾਂ ਤੇ ਵਿਸ਼ਵਾਸ ਰੱਖਦੀ ਹੈ। ਪਹਿਲੀ ਗੱਲ ਹੈ ਅਪੀਲ ਦੀ, ਜਿੱਥੋਂ ਤੱਕ ਵੀ ਜੇ ਦੁਸ਼ਮਣਾਂ ਦੇ ਨਾਲ ਗੱਲਬਾਤ ਬੈਠ ਕੇ ਸਾਂਝੀ ਹੋ ਜਾਏ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਤਾਰੀਖ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਤੋਂ ਇਹ ਮਿਲਦਾ, ਅਪੀਲ ਕੀ ਹੈ।
अपील है जैसी मैं आवे खसम की बाणी तैसरा करी ज्ञान वे लालू। ना सिर्फ ए उस बाबर नू बल्कि परमात्मा नू भी। दलील की है, खुरासान खसमाना किया हिंदुस्तान डराया, आपे जोर ना देई करता जम कल मुगल चढ़ाया। तीन गल्लां हैगियां, पहला अपील है, जे अपील नाल दुश्मन नहीं मने फिर दलील है, फिर दलीलां दित्तियां जांदियां ने। जे दलील दे नाल भी ना मन्या जाए फिर गुरु गोबिंद सिंह महाराज जी कहिंदे चूंकार अजहमा हिलते दरगुजश हलाल अस्त बुरदम ब शमशीर दस्त, फिर शमशीर है। पहली अपील, दूसरी दलील, तीसरी शमशीर। धन धन साहिब श्री गुरु अर्जन साहब महाराज जी की शहादत तो बाद जद दो तलवारां पाईयां गुरु हरगोबिंद साहब महाराज जी ने, यह सब तो वड्डी बगावत सी दिल्ली दहलीज सिर, जिन्हों दिल्ली क्या है, दिल्ली दे दलवार दे नाल। सब तो पहला मत्था लाउना जिन्हों कहने आपां पंजाबी दी मोठी टुली थुली भाषा च, कि ए रीति क्यों बनी। उथे नथ ते अब्दुल्ला ये वारां गाउंदे ने कि जिस वेले गुरु हरगोबिंद साहब महाराज 11 साल की उम्र दे विच गुरु नानक साहब महाराज जी दे जोत दे वारस बने ने, उथे वारां गाईयां गईयां, दो तलवारी बजियां, एक मीरी दी एक पीरी दी, एक राखी करे वजीरी दी, इथों तक दा गल कीता। एक अजमत दी, एक राज दी, एक राखी करे वजीरी दी, कोटगढ़ बाहां ताकत कोटगढ़ दरवाजे बलख बकीरी दी, पग तेरी की ही जांगीरी दी। गुरु हरगोबिंद साहब महाराज जी दे सनमुख खड़े होके अब्दुल ते नथा कहिंदे आ कि गुरु हरगोबिंद साहब महाराज दिल्ली दा तखत है 10 फुट दा, ते गुरु हरगोबिंद साहब महाराज जी दा तखत है 12 फुट दा। ए चैलेंज है। दिल्ली दे तखत वाले कहिंदे आ कि कोई अपने कोल अरबी घोड़ा फारसी घोड़ा सिंधी घोड़ा नहीं रख सकदा। गुरु हरगोबिंद साहब महाराज कहिंदे मैनू अपनी जवानियां घोड़े ते शस्त्र भेट करो। दिल्ली दे जहांगीर दे पास 22 अरबी घुड़सवार अंग रखियक जेड़े उहदे बॉडीगार्ड ने, गुरु हरगोबिंद साहब महाराज जी कोल 2200 अंग रखक ने तैयार बर तैयार। 14 साल की उम्र की गल कर रहा मैं, 11 साल की उम्र च तखत ते बैठे ने, 14 साल की उम्र ते नथा ते अब्दुल्ला ने वार गाती कि पग तेरी की जहांगीर दी, कि तेरी पग नू सलाम है जहांगीर दी, ते कोई पग नहीं है। जिन्हां नू दिल्ली दे तखत तो इंसाफ नहीं मिलता, गुरु हरगोबिंद साहब महाराज तुहाडे तखत ते आके वह इंसाफ लैंदे है। हुण इस तो बाद की व्योंत बनी है, जिस वेले ये पता लग्या जहांगीर नू कि तखत की भी सिरजना की जा रही है, शस्त्र रखे गए ने, जवानी कट्ठी की जा रही है, ए तो बाद अरबी फारसी घोड़े महंगे तो महंगे सोने तो सोने जंगी जुदा दिया उन्हां शस्त्र नीतियां दी गल्लां हो रही ने, जहांगीर कहिंदा बगावत हो गई है, चलाकी ये खेडी गई। सैयद मुसलमान नू भेज के हरमंदर साहब गुरु हरगोबिंद साहब महाराज जी नू कहा गया कि जहांगीर नाल तुहाडी मुलाकात रखनी है, तुसी दसो कद मिलोगे जहांगीर नू दिल्ली आके। गुरु हरगोबिंद साहब महाराज जी ने समा यह न्योत किया कि फलाने समय दे विच मिलना है। दिल्ली गुरु हरगोबिंद साहब महाराज पहुंचे ने, दिल्ली तो चलाकी दे नाल गुरु हरगोबिंद साहब महाराज जी नू सिखां तो वक करके ग्वालियर दे किले वल ले जाया गया। हुण मैं दसदा कि ग्वालियर दे किले दा इतिहास की है। अज है बंदी छोड़ दिवस। बंदी छोड़ दा सीधा संबंध ग्वालियर दे किले विचों गुरु हरगोबिंद साहब महाराज 52 राज्यां नू बंदी तो छोड़ के लिया है, जिन्हों क्या दल भंजन गुरसूरमा बड़ जोधा बहो परोपकारी। हुण जिस वेले ग्वालियर दे किले दी गल करिए, ग्वालियर दा जिहड़ा फोर्ट है वन ऑफ द आइसोलेटेड फोर्ट ऑन दैट टाइम। ए सब तो पहला जिहड़ा ए किला बनाया गया, इस किले दी जिहड़ी नींव रखी गई मान सिंह तोमर ने रखी 1486 दे विच। 1486 तो लैके 1521 तक दा मान सिंह तोमर दा समय है, और ग्वालियर दे विच सब तो खूंखार राजा जिहड़ा मनिया गया। इस तो बाद भी जिहड़ा तोमर सिलसिला चलिया ये सब तो खतरनाक ही मन्ने गए है। वड्डियां वड्डियां सरकारां भी इन्हां नाल सिर नहीं ला के ला सकियां। गुरु हरगोबिंद साहब महाराज जी नू जिस वेले ये ग्वालियर दे किले दी गल कीती गई कि ग्वालियर दे किले च नजरबंद रखना है,
ਗਵਾਲੀਅਰ ਦਾ ਕਿਲ੍ਹਾ ਇਹੋ ਜਿਹਾ ਇਲਾਕਾ ਸੀ, ਪਥਰੀਲਾ ਇਲਾਕਾ, ਹਜੇ ਵੀ ਉਹ ਸਾਰਾ ਪਥਰੀਲਾ ਇਲਾਕਾ ਹੈ। ਤੁਸੀਂ ਉੱਥੇ ਕਿਲ੍ਹੇ ਦੀ ਵਿਉਂਤਬੰਦੀ ਦੇਖੋਗੇ, ਕਿਲ੍ਹੇ ਦੇ ਵਿੱਚ ਜੈਨ ਮੰਦਿਰ ਹੈਗੇ, ਜੈਨੀ ਮੂਰਤੀਆਂ ਪੁਰਾਣੀਆਂ ਸਥਾਪਿਤ ਹੈਗੀਆਂ, 6 ਮੰਦਿਰ ਹੈਗੇ, ਗੁਜਰੀ ਮੰਦਿਰ ਵੀ ਹੈ, ਸੱਸ ਬਹੂ ਮੰਦਿਰ ਵੀ ਹੈ, ਇਹ ਉਸ ਸਮੇਂ ਦੀਆਂ ਹਿੰਦੂਆਂ ਰਿਆਸਤਾਂ ਦਾ ਮੰਦਿਰ ਹੈ। ਪਰ ਇਹ ਕੱਲਾ ਕੱਲਾ ਆਰਕੀਟੈਕਚਰ ਹੈ ਹਿੰਦੁਸਤਾਨ ਦੀ ਧਰਤੀ ਤੇ, ਜਿਸ ਗਵਾਲੀਅਰ ਦੇ ਕਿਲ੍ਹੇ ਦੇ ਵਿੱਚ ਇੰਡੀਅਨ ਆਰਕੀਟੈਕਚਰ ਤੇ ਇਸਲਾਮਿਕ ਆਰਕੀਟੈਕਚਰ ਦਾ ਇੱਕ ਅਮੈਲਗਮੇਸ਼ਨ, ਇੱਕ ਸਿੰਕਰੋਨਾਈਜੇਸ਼ਨ, ਇੱਕ ਮਿਕਸਚਰ ਮਿਲਦਾ, ਇੱਕ ਅਮੇਜ਼ਿੰਗ ਕਿਲ੍ਹਾ ਹੈ ਗਵਾਲੀਅਰ ਦਾ। ਦੂਸਰੀ ਗੱਲ, ਗਵਾਲੀਅਰ ਦੇ ਵਿੱਚ ਕਿਸੇ ਆਮ ਬੰਦੇ ਨੂੰ ਕੈਦ ਨਹੀਂ ਰੱਖਿਆ ਜਾਂਦਾ, ਗਵਾਲੀਅਰ ਦੇ ਵਿੱਚ ਇਸ ਦੇਸ਼ ਦੇ ਬਗਾਵਤ ਕੀਤੇ ਹੋਏ ਰਾਜਿਆਂ ਨੂੰ ਇਹੋ ਜਿਹੀ ਕੈਦ ਦੇ ਵਿੱਚ ਰੱਖਿਆ ਜਾਂਦਾ ਹੈ ਜਿਹੋ ਜਿਹੀ ਕੈਦ ਦੇ ਵਿੱਚ ਇੱਕ ਆਮ ਬੰਦਾ ਨਹੀਂ ਰਹਿ ਸਕਦਾ। ਗਵਾਲੀਅਰ ਦਾ ਕਿਲ੍ਹਾ ਸਭ ਤੋਂ ਉੱਚੀ ਥਾਂ ਤੇ ਹੈ, ਉਹਦੀ ਵਿਉਂਤਬੰਦੀ ਹੈ 24 ਕਿਲੋਮੀਟਰ ਥੱਲੋਂ ਤੇ 14 ਕਿਲੋਮੀਟਰ ਅੰਦਰ। ਕਿਲ੍ਹਾ ਏਡਾ ਵੱਡਾ, 24 ਕਿਲੋਮੀਟਰ ਥੱਲੋਂ ਪਹਾੜੀ ਤੇ 14 ਕਿਲੋਮੀਟਰ ਉੱਤੇ। ਉਸ 14 ਕਿਲੋਮੀਟਰ ਦੇ ਵਿੱਚ ਕੋਈ ਵੀ ਪੰਛੀ ਪਰ ਨਹੀਂ ਮਾਰ ਸਕਦਾ, ਉੱਥੇ ਦੇ ਜਿਹੜਾ ਇੰਸਪੈਕਟਰ ਹੈ ਉਹਦੀ ਆਗਿਆ ਤੋਂ ਬਿਨਾਂ, ਉਸ ਸਮੇਂ ਜਿਹੜਾ ਸੀ ਉਹਦਾ ਵੀ ਜ਼ਿਕਰ ਕਰਾਂਗੇ। ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜਦ ਇਹ ਪਤਾ ਲੱਗਿਆ ਗਵਾਲੀਅਰ ਦੇ ਕਿਲ੍ਹੇ ਲੈ ਕੇ ਜਾ ਰਹੇ ਨੇ, ਗੁਰੂ ਸਾਹਿਬ ਨੂੰ ਸਾਰੀ ਗੱਲ ਸਪਸ਼ਟ ਹੋ ਗਈ। ਉੱਥੇ ਨੇ ਰਾਜੇ ਬੰਦ, ਉੱਥੇ 52 ਰਾਜਿਆਂ ਨੂੰ ਜਿਹੜਾ ਭੋਜਨ ਦਿੱਤਾ ਜਾਂਦਾ ਹੈ, ਜ਼ਹਿਰੀਲਾ ਭੋਜਨ ਦਿੱਤਾ ਜਾਂਦਾ ਹੈ ਤਾਂ ਕਿ ਇਹਨਾਂ ਦੇ ਗਿੱਟੇ ਗੋਡੇ ਟੁੱਟ ਜਾਣ, ਇਹ ਡਿੱਗ ਜਾਣ ਜ਼ਮੀਨ 'ਚ। ਦੂਸਰਾ, ਇਹਨਾਂ ਨੂੰ ਜਿਹੜਾ ਪਾਣੀ ਪਿਲਾਇਆ ਜਾਂਦਾ ਹੈ ਗਵਾਲੀਅਰ ਦੇ ਕਿਲ੍ਹੇ ਵਾਲਿਆਂ ਨੂੰ, ਜਿਹੜੇ ਉੱਥੇ ਬੰਦੀ ਨੇ, ਇਹਨਾਂ ਨੂੰ ਕੱਚਾ ਜ਼ਹਿਰ ਪਿਲਾਇਆ ਜਾਂਦਾ ਹੈ। ਕੱਚੇ ਜ਼ਹਿਰ ਦਾ ਕੀ ਮਤਲਬ ਹੈ? ਜਹਾਂਗੀਰ ਨੇ ਉਸ ਵੇਲੇ ਉੱਥੇ ਖੂਨ ਹੀ ਸੀ, ਬਿਲਕੁਲ ਉੱਥੇ 52 ਥੰਬ ਨੇ, 52 ਥੰਬਾਂ ਦੇ ਨਾਲ 4x4 ਦੀ ਕਾਲ ਕੋਠੜੀਆਂ ਨੇ, 4x4 ਦੀ ਕਾਲ ਕੋਠੜੀਆਂ ਦੇ ਵਿੱਚ ਰਾਜਿਆਂ ਨੂੰ ਰੱਖਿਆ ਜਾਂਦਾ ਸੀ ਤੇ ਉਹਨਾਂ ਕਾਲ ਕੋਠੜੀਆਂ ਦੇ ਵਿੱਚ ਸਿਰਫ ਉਂਗਲੀ ਜਿੰਨੀ ਥਾਂ ਤੋਂ ਰੋਸ਼ਨੀ ਆਉਂਦੀ ਹੈ। ਸਾਰਾ ਦਿਨ ਹਨੇਰਿਆਂ 'ਚ, ਸਾਰਾ ਦਿਨ ਉਹਨਾਂ ਨੂੰ ਹਨੇਰਿਆਂ 'ਚ ਕਾਲ ਕੋਠੜੀ 'ਚ, ਰਾਤੀ ਜਿਹੜੇ ਥੰਬ ਨੇ 52 ਥੰਬਾਂ ਨਾਲ ਜ਼ੰਜੀਰਾਂ ਬੰਨ ਕੇ ਰੱਖਿਆ ਜਾਂਦਾ ਸੀ, ਦਿਨ ਦੇ ਇੱਕ ਵੇਲੇ ਉਹਨਾਂ ਨੂੰ ਪਾਣੀ ਪੀਣ ਤੇ ਭੋਜਨ ਛਕਣ ਦੀ ਇੱਕੋ ਹੀ ਇਜਾਜ਼ਤ ਸੀ। ਪਾਣੀ ਕਿੱਥੋਂ ਪੀਂਦੇ ਸੀ? ਨਾਲ ਹੀ ਉਹਨਾਂ ਨੇ ਖੂਹ ਬਣਾਇਆ ਸੀ, ਜਿਹੜਾ ਰਾਜਾ ਜ਼ਹਿਰ ਖਾ ਕੇ ਮਰ ਜਾਏ ਉਸ ਰਾਜੇ ਦੀ ਲਾਸ਼ ਉਸ ਖੂਹ ਦੇ ਵਿੱਚ ਸੁੱਟ ਦਿੰਦੇ ਸੀ। ਉਹਨਾਂ ਰਾਜਿਆਂ ਨੂੰ ਮਜਬੂਰੀ ਦੇ ਵਿੱਚ ਪਿਆਸ ਦੇ ਮਾਰਿਆਂ ਨੂੰ ਉਸੀ ਖੂਹ ਵਿੱਚੋਂ ਪਾਣੀ ਪੀਣਾ ਪੈਂਦਾ ਸੀ। ਇਹਨੂੰ ਕਹਿੰਦੇ ਕੱਚਾ ਜ਼ਹਿਰ। ਇਹ ਜ਼ਹਿਰ ਛੇਤੀ ਬੰਦੇ ਨੂੰ ਨਹੀਂ ਮਾਰਦਾ, ਇਹ ਜ਼ਹਿਰ ਹੌਲੀ ਹੌਲੀ ਬੰਦੇ ਨੂੰ ਮਾਰਨਾ ਸ਼ੁਰੂ ਕਰ ਦਿੰਦਾ। 52 ਰਾਜਿਆਂ ਵਿੱਚੋਂ ਕੋਈ ਵੀ ਰਾਜਾ ਇਹ ਜਾਣਦਾ ਸੀ ਕਿ ਅਸੀਂ ਗਵਾਲੀਅਰ ਦੇ ਕਿਲ੍ਹੇ 'ਚ ਆ ਤੇ ਗਏ ਹਾਂ, ਪਰ ਗਵਾਲੀਅਰ ਦੇ ਕਿਲ੍ਹੇ ਦੀ ਇਹ ਮਨੌਤ ਹੈ, ਜਿਹੜਾ ਇੱਥੇ ਆ ਜਾਂਦਾ ਹੈ ਮੁੜ ਕੇ ਉਹ ਜਿਉਂਦਾ ਵਾਪਸ ਨਹੀਂ ਜਾਂਦਾ, ਉਹਦੀ ਮੌਤ ਹੈ। ਇਸ ਤੋਂ ਪਹਿਲਾਂ ਜਿੰਨੇ ਵੀ ਜਹਾਂਗੀਰ ਦੇ ਸਮੇਂ ਰਾਜੇ ਰਹੇ ਨੇ ਉਹ ਫੌਤ ਹੋ ਗਏ, ਸਾਰੇ ਖਤਮ ਹੋ ਗਏ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਚਲਾਕੀ ਨਾਲ, ਤੇ ਜਿਸ ਵੇਲੇ ਸਿੱਖਾਂ ਨੂੰ ਪਤਾ ਲੱਗਿਆ, ਬਾਬਾ ਬੁੱਢਾ ਜੀ ਨੂੰ ਖਬਰ ਮਿਲੀ, ਭਾਈ ਗੁਰਦਾਸ ਜੀ ਨੂੰ ਖਬਰ ਮਿਲੀ, ਚਿੱਠੀਆਂ ਭੇਜੀਆਂ ਗਈਆਂ ਤੇ ਜਹਾਂਗੀਰ ਦੇ ਜਿਹੜੇ ਸਿਪੋ ਸਲਾਹ ਸੀ ਸਿਪਾਹੀ ਕਹਿੰਦੇ ਕਿ ਜਹਾਂਗੀਰ ਦੀ ਸਿਹਤ ਢਿੱਲੀ ਹੈ, ਜਹਾਂਗੀਰ ਦੇ ਵਾਸਤੇ ਗੁਰੂ ਸਾਹਿਬ ਤਪ ਕਰ ਰਹੇ ਨੇ। ਕਹਿੰਦੇ ਕਿੱਥੇ ਤਪ ਕਰ ਰਹੇ ਨੇ? ਕਹਿੰਦੇ ਗਵਾਲੀਅਰ ਦੇ ਕਿਲ੍ਹੇ ਦੇ ਵਿੱਚ ਤਪ ਕਰ ਰਹੇ ਨੇ। ਇਹ ਝੂਠ ਬੋਲਿਆ ਗਿਆ ਸਿੱਖਾਂ ਦੇ ਨਾਲ। ਉਸ ਤੋਂ ਬਾਅਦ ਜਿਹੜੀ ਵਿਉਂਤ ਹੋਈ, ਜਿਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਪਹੁੰਚੇ ਗਵਾਲੀਅਰ ਦੇ ਕਿਲ੍ਹੇ ਦੇ ਵਿੱਚ, ਗਵਾਲੀਅਰ ਦੇ ਕਿਲ੍ਹੇ ਦਾ ਜਿਹੜਾ ਸੂਬੇਦਾਰ ਸੀ ਉਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਸਿੱਖ ਸੀ, ਉਹ ਹੰਝੂਆਂ ਦੇ ਵਹਿਣ ਦੇ ਵਿੱਚ ਰੋ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਚਰਨ ਧੋਨਾ ਜਿਸ ਵੇਲੇ ਦਰਸ਼ਨ ਕਰਦਾ। ਪਾਤਸ਼ਾਹ ਜੀ ਨੂੰ ਕਹਿੰਦਾ ਕਿ ਇੱਥੋਂ ਦਾ ਭੋਜਨ ਮੈਂ ਤੁਹਾਨੂੰ ਛਕਣ ਨਹੀਂ ਦਾਂਗਾ, ਨਿਰਾ ਜ਼ਹਿਰ ਹੈ ਤੇ ਇੱਥੋਂ ਦਾ ਪਾਣੀ ਨਹੀਂ। ਉਹ ਥੱਲੋਂ ਘਾਟੀ ਦੇ ਵਿੱਚੋਂ ਸ਼ਹਿਰ ਤੋਂ ਆਪਣੇ ਘਰੋਂ ਭੋਜਨ ਪ੍ਰਸ਼ਾਦਾ ਬਣਾ ਕੇ ਰੋਜ਼ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਲਈ ਲੈ ਕੇ ਆਉਂਦੇ ਰਹੇ। ਪਾਣੀ ਵੀ ਥੱਲੋਂ ਆਉਂਦਾ ਰਿਹਾ, ਕਈ ਸਿੱਖ ਸੰਗਤਾਂ ਵੀ ਆਉਂਦੀਆਂ ਰਹੀਆਂ। ਜਿਸ ਵੇਲੇ ਇਹ 103 ਸਾਲ ਦੇ ਬਾਬੇ ਬੁੱਢੇ ਨੂੰ ਪਤਾ ਲੱਗਿਆ, ਬਾਬਾ ਬੁੱਢਾ ਜੀ ਦੀ ਉਮਰ 103 ਸਾਲ, ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਚਲਾਕੀਆਂ ਦੇ ਨਾਲ, ਵਿਉਂਤ ਬਣਾ ਕੇ, ਸਾਜਿਸ਼ਾਂ ਦੇ ਨਾਲ ਨਜ਼ਰਬੰਦ ਕਰ ਲਿਆ ਗਿਆ। ਕਹਿੰਦੇ ਇਹਨਾਂ ਨੂੰ ਨਜ਼ਰਬੰਦ ਕਿਵੇਂ ਕੀਤਾ ਜਾ ਸਕਦਾ? ਔਰ ਸੱਚੀ ਗੱਲ ਹੈ, ਜੇ ਕੋਈ ਗਵਾਲੀਅਰ ਦੇ ਕਿਲ੍ਹੇ 'ਚ ਗਿਆ ਉਹ ਵੇਖ ਸਕਦਾ ਕਿ ਗੁਰੂ ਸਾਹਿਬ ਕਿਸੇ ਇੱਕ ਥਾਂ ਤੇ ਨਜ਼ਰਬੰਦ ਨਹੀਂ ਰਹੇ। ਸਾਰਾ ਜਿਹੜਾ 14 ਕਿਲੋਮੀਟਰ ਦਾ ਇਲਾਕਾ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਚਰਨ ਛੋਹ ਪ੍ਰਾਪਤ ਹੈ, ਇੱਕ ਇੱਕ ਜ਼ਰਰਾ ਜ਼ਰਰਾ ਉਸ ਧਰਤੀ ਦਾ, ਮਿੱਟੀ ਦਾ ਹਰ ਇੱਕ ਕਣ ਗੁਰੂ ਸਾਹਿਬ ਜੀ ਦਾ ਜਿੱਥੇ ਥਾਂ ਹੈ
ਉਸੇ ਥਾਂ ਤੋਂ ਥੋੜੀ ਥਾਂ ਇੱਕ ਹੋਰ ਥਾਂ ਹੈ ਜਿੱਥੇ ਗੁਰੂ ਸਾਹਿਬ ਬੈਠ ਕੇ ਬੰਦਗੀ ਕਰਿਆ ਕਰਦੇ ਸੀ। ਗਵਾਲੀਅਰ ਦੇ ਕਿਲ੍ਹੇ 'ਚ ਜਿਹੜੇ ਗਏ ਨੇ ਉਹ ਜਾਣਦੇ ਨੇ ਕਿ ਗੁਰਦੁਆਰਾ ਸਾਹਿਬ ਦੇ ਥੱਲੇ ਭੌਰਾ ਸਾਹਿਬ ਵੀ ਹੈ। ਇਹ ਗੁਰਦੁਆਰਾ ਤੇ ਬਹੁਤ ਬਾਅਦ ਦੇ ਵਿੱਚ ਹੁਣ ਬਣਵਾਇਆ, ਕੁਛ ਸਾਲਾਂ ਪਹਿਲਾਂ ਇਹ ਸੇਵਾ ਪੰਥੀ ਬਾਬਾ ਸੇਵਾ ਸਿੰਘ ਜੀ ਨੇ ਜਿਹੜੇ ਪੰਜਾਬ ਦੇ ਵਿੱਚ ਰੁੱਖਾਂ ਦੀ ਲਹਿਰ ਲੈ ਕੇ ਆਏ ਨੇ, ਜਿਹਨੂੰ ਰੁੱਖਾਂ ਵਾਲੇ ਬਾਬਾ ਕਹਿੰਦੇ ਆ, ਉਹਨਾਂ ਨੇ ਇਹ ਸੇਵਾ ਕਰਵਾਈ ਉੱਥੋਂ ਸੇਵਾ ਪੰਥੀਆਂ ਨੇ। ਉਸ ਥਾਂ ਤੇ ਗੁਰਦੁਆਰਾ ਨਹੀਂ ਸੀ, ਉਹ ਥਾਂ ਬਿਲਕੁਲ ਵੱਖਰੀ ਹੈ, ਕਿਲ੍ਹੇ ਤੋਂ ਕੁਝ ਕੁ ਸੈਂਟੀਮੀਟਰ, ਕੁਝ ਕੁ ਥਾਂ ਦੂਰ, ਤਕਰੀਬਨ ਅੱਧਾ ਕਿਲੋਮੀਟਰ ਦੂਰ ਉਹ ਥਾਂ ਹੈ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਬੈਠ ਕੇ ਬੰਦਗੀ ਕਰਿਆ ਕਰਦੇ ਸੀ, ਉਹ ਥਾਂ ਅੱਜ ਗੁਰਦੁਆਰੇ ਵਾਲਾ। ਜਿਸ ਵੇਲੇ ਸਿੱਖਾਂ ਨੂੰ ਪਤਾ ਲੱਗਿਆ, ਬਾਬਾ ਬੁੱਢਾ ਜੀ 103 ਸਾਲ, ਭਾਈ ਗੁਰਦਾਸ ਜੀ 70 ਸਾਲ ਉਮਰ, ਉਹਨਾਂ ਨੇ ਸਾਰੇ ਸ਼ਹਿਰਾਂ ਦੇ ਵਿੱਚ ਪੱਲੂ ਫੇਰਿਆ ਕਿ ਉਹ ਸਿੱਖੋ ਗੁਰੂ ਹਰਗੋਬਿੰਦ ਸਾਹਿਬ ਨੂੰ ਜਵਾਨੀਆਂ ਭੇਟ ਕਰਨ ਵਾਲਿਓ, ਅੱਜ ਕਿੱਥੇ ਸੁੱਤੇ ਪਏ ਹੋ। ਪੱਲੂ ਫੇਰਿਆ ਤੇ 500 ਸਿੱਖਾਂ ਦਾ ਜੱਥਾ ਤਿਆਰ ਹੋ ਗਿਆ। ਇਹਦੇ ਨਾਲ ਕਈ ਹੋਰ ਜੱਥੇ ਤਿਆਰ ਹੋ ਗਏ ਜਥੇਬੰਦੀਆਂ ਦੇ ਪਿੱਛੇ। 103 ਸਾਲ ਦੇ ਬਾਬੇ ਬੁੱਢੇ ਦੇ ਵਿੱਚ, ਕਿਉਂਕਿ ਗੁਰਮੁਖ ਬੁੱਢਾ ਨਹੀਂ ਹੈ ਜੀ, ਜਿਹੜੀ ਗੁਰਮੁਖਤਾ ਹੀ ਬਿਰਤੀ ਹੈ ਸਰੀਰ ਦੀ, ਭਾਵੇਂ ਆਪਾਂ ਉਮਰ ਦੇ ਤਕਾਜ਼ੇ ਦੇ ਵਿੱਚ ਕਹਿੰਦੇ ਹਾਂ, ਪਰ ਅੰਦਰੋਂ ਰੂਹਾਨੀਅਤ ਦੀ ਤਾਕਤ ਬੜੀ ਹੈ। 103 ਸਾਲ ਦੇ ਬਾਬੇ ਬੁੱਢੇ ਨੇ ਮਸ਼ਾਲ ਹੱਥ ਦੇ ਵਿੱਚ ਲਈ ਹੈ, ਉਹਨਾਂ ਸੰਗਤਾਂ ਨੂੰ, ਜਥਿਆਂ ਬੰਦਿਆਂ ਨੂੰ ਇਕੱਠਾ ਕਰਕੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਪੈਦਲ ਤੁਰ ਕੇ ਚੌਂਕੀ ਦੇ ਰੂਪ 'ਚ ਗਵਾਲੀਅਰ ਦੇ ਕਿਲ੍ਹੇ 'ਚ ਪਹੁੰਚੇ ਨੇ। ਕਈ ਦਿਨ ਦੀ ਇਹ ਚੌਂਕੀ ਕੱਢ ਕੇ ਸਾਰੇ ਰਸਤੇ ਕੀਰਤਨ ਕਰਦੇ ਹੋਏ, ਜਿਸ ਵੇਲੇ ਪਤਾ ਲੱਗਿਆ ਕਿ ਉਹ ਜਿਹੜਾ ਕਿਲ੍ਹਾ ਹੈ, ਕਿਲ੍ਹੇ ਦੀ ਜਿਹੜੀ ਪਹਾੜੀ ਆ, ਉਹਦੇ ਉੱਤੋਂ ਵੀ ਚੜ੍ਹਨ ਨਹੀਂ ਦਿੱਤਾ ਗਿਆ ਸਿੱਖਾਂ ਨੂੰ, ਕਿ ਸਿੱਖਾਂ ਨੂੰ ਦਰਸ਼ਨ ਨਹੀਂ ਕਰਨ ਦਿੱਤੇ ਜਾਣਗੇ, ਗੁਰੂ ਦੇ, ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਨਹੀਂ ਹੋਣਗੇ। ਥੱਲੋਂ ਜਿਹੜਾ 24 ਕਿਲੋਮੀਟਰ ਦਾ ਘੇਰਾ ਹੈ, ਸਿੱਖਾਂ ਨੇ ਥੱਲੋਂ ਹੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਮੱਥਾ ਟੇਕਿਆ ਤੇ 24 ਕਿਲੋਮੀਟਰ ਦੀ ਪਰਿਕਰਮਾ ਕਰਕੇ ਉੱਥੇ ਮੱਥਾ ਟੇਕ ਕੇ ਅਰਦਾਸ ਕਰਕੇ ਗੁਰੂ ਕੇ ਸਿੱਖ ਵਾਪਿਸ ਤੁਰੇ ਨੇ। ਔਰ ਇਹ ਚੌਂਕੀ ਇੱਕ ਵਾਰੀ ਨਹੀਂ ਆਈ, ਕਈ ਵਾਰੀ ਇਹ ਚੌਂਕੀ ਆਈ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਰਾਜਿਆਂ ਦੀ ਦਸ਼ਾ ਦੇਖੀ, ਰੋਜ਼ ਰਾਜੇ ਤੜਫ ਤੜਫ ਕੇ ਮੌਤ ਵੱਲ ਤੁਰੇ ਹੋਏ ਨੇ, ਕੱਚਾ ਜ਼ਹਿਰ ਪੀ ਪੀ ਕੇ, ਭੋਜਨ ਦੇ ਵਿੱਚ ਜ਼ਹਿਰ, ਪੈਰਾਂ ਦੇ ਵਿੱਚ ਬੇੜੀਆਂ, ਤਰਲੇ ਲੈਂਦੇ। ਪਰ ਜਿਸ ਵੇਲੇ ਉਹਨਾਂ ਨੂੰ ਪਤਾ ਲੱਗਿਆ ਕਿ ਇਹ ਗੁਰੂ ਹਰਗੋਬਿੰਦ ਸਾਹਿਬ ਕੋਈ ਆਮ ਸਾਡੇ ਦੀ ਤਰ੍ਹਾਂ ਕੋਈ ਸ਼ਹਿਨਸ਼ਾਹ ਜਾਂ ਤਖਤਾਂ ਦਾ ਇਕੱਲਾ ਮਾਲਕ ਨਹੀਂ ਹੈ, ਇਹ ਤਾਂ ਪ੍ਰਤੱਖ ਹਰ ਇਸ ਥਾਂ ਤੇ ਆਇਆ, ਪ੍ਰਤੱਖ ਹਰ। ਔਰ ਉਸ ਵੇਲੇ ਦੇ ਦੌਰਾਨ ਚੰਦੂ ਨੂੰ ਜਹਾਂਗੀਰ ਨੇ ਭੇਜਿਆ ਇੱਕ ਚੋਲਾ ਲੈ ਕੇ, ਕੱਪੜਾ ਲੈ ਕੇ, ਕਿ ਇਹ ਚੋਲਾ ਗੁਰੂ ਹਰਗੋਬਿੰਦ ਸਾਹਿਬ ਨੂੰ ਦੇ ਕੇ ਆਓ। ਜਿਸ ਵੇਲੇ ਦਰੋਗਾ ਕੋਲ ਉਹ ਚੋਲਾ ਪਹੁੰਚਦਾ, ਕਿਉਂਕਿ ਉਹ ਤੇ ਸ਼ਰਧਾਲੂ ਗੁਰੂ ਸਾਹਿਬ ਜੀ ਦਾ, ਉਹਨੂੰ ਬੜੀ ਹੈਰਾਨੀ ਹੋਈ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜਹਾਂਗੀਰ ਨੇ ਕੈਦ ਕਰਾਇਆ, ਚੰਦੂ ਤੂੰ ਕਾਰਨ ਬਣਿਆ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਿਤਾ ਦੀ ਸ਼ਹਾਦਤ ਦਾ, ਤੇ ਤੂੰ ਇਹ ਚੋਲਾ ਕਿਉਂ ਲੈ ਕੇ ਆਇਆ। ਉਹ ਕਹਿੰਦਾ, ਉਹ ਦਰੋਗਾ, ਇਹ ਕੋਈ ਆਮ ਚੋਲਾ ਨਹੀਂ ਹੈ, ਇਹਨੂੰ ਕਿੱਥੇ ਹੱਥ ਵੀ ਨਾ ਲਾ ਲਈ, ਇਹਦੇ ਧਾਗੇ ਦੇ ਵਿੱਚ ਜ਼ਹਿਰ ਸਿਮ ਕੇ ਪਾਇਆ ਹੋਇਆ। ਜਿਸ ਵੇਲੇ ਇਹ ਚੋਲਾ ਗੁਰੂ ਹਰਗੋਬਿੰਦ ਸਾਹਿਬ ਦੇ ਪਿੰਡੇ ਨੂੰ ਸਪਰਸ਼ ਕਰੇਗਾ, ਉਹ ਸਾਰਾ ਜ਼ਹਿਰ ਉਹਨਾਂ ਦੇ ਪਿੰਡੇ ਵਿੱਚ ਫੈਲ ਜਾਏਗਾ। ਇਹ ਚੰਦੂ ਲੈ ਕੇ ਆਇਆ ਚੋਲਾ, ਇੱਥੋਂ ਤੱਕ ਕਿ ਚੰਦੂ ਦੇ ਪੁੱਤਰ ਦਾ ਵੀ ਜ਼ਿਕਰ ਮਿਲਦਾ। ਹੁਣ ਜਿਸ ਵੇਲੇ ਦਰੋਗਾ ਨੇ ਕਿਹਾ, ਠੀਕ ਹੈ, ਤੇਰਾ ਕੰਮ ਸੀ ਇੱਥੇ ਤੱਕ ਚੋਲਾ ਲੈ ਕੇ ਆਉਣਾ, ਇਹ ਮੇਰਾ ਕੰਮ ਹੈ, ਮੈਂ ਦਵਾਂ ਜਾਂ ਨਾ ਦਵਾਂ। ਉਹ ਕਹਿੰਦਾ, ਮੈਂ ਆਪਣੇ ਸਾਹਮਣੇ ਪਵਾ ਕੇ ਜਾਵਾਂਗਾ, ਆਪਣੇ ਸਾਹਮਣੇ ਗੁਰੂ ਹਰਗੋਬਿੰਦ ਨੂੰ ਫੌਤ ਹੁੰਦੇ ਵੇਖਣਾ। ਤੇ ਉੱਥੇ ਦਰੋਗਾ ਕਹਿੰਦਾ, ਉਹ ਚੰਦੂ ਤੂੰ ਕੀ ਸਮਝਦਾ, ਜਿਹਦੇ ਪਿਤਾ ਨੇ ਬਾਣੀ ਦੇ ਵਿੱਚ ਇਹ ਕਹਿਤਾ, ਜਿਸਕੇ ਸਿਰ ਉੱਪਰ ਤੂੰ ਸਵਾਮੀ ਸੋ ਦੁੱਖ ਕੈਸਾ, ਉਹਨੂੰ ਕੌਣ ਮਾਰ ਸਕਦਾ, ਜਿਹਦੇ ਪਿਤਾ ਨੇ ਇਸ ਬਾਣੀ ਦੇ ਵਿੱਚ ਕਹਿਤਾ, ਵਿੱਚ ਕਰਤਾ ਪੁਰਖ ਖਲੋਆ ਵਾਲਨਾ, ਇਸ ਬਾਣੀ ਦੇ ਵਿੱਚ, ਇਸ ਮੁਕੱਦਸ ਬਾਣੀ ਦੇ ਰੂਪ ਚ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਿਤਾ ਨੇ ਕਹਿਤਾ ਕਿ ਤਾਤੀ ਵਾਹ ਨਾ ਲੱਗਈ, ਪਾਰ ਬ੍ਰਹਮ ਸ਼ਰਨਾਈ ਚੌਗਿਰਦ ਹਮਾਰਿਆ ਰਾਮ ਕਾਰ ਦੁੱਖ, ਉਹਨੂੰ ਕੌਣ ਮਾਰ ਸਕਦਾ। ਛੋਟੀ ਉਮਰ ਦੇ ਵਿੱਚ ਜਦ ਜ਼ੁਬਾਨ ਵੀ ਨਹੀਂ ਚੱਲਦੀ ਸੀ, 5 ਵਾਰੀਆਂ ਕੋਸ਼ਿਸ਼ਾਂ ਹੋਈਆਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮਾਰਨ ਦੀ। ਪਹਿਲੀ ਕੋਸ਼ਿਸ਼ ਕੀਤੀ ਗਈ, ਦਾਈ ਆਈ ਦੁੱਧ ਪਿਲਾਉਣ, ਕਹਿੰਦੇ ਕੋਈ ਨਹੀਂ ਮਾਰ ਸਕਿਆ। ਦੂਸਰੀ ਕੋਸ਼ਿਸ਼ ਹੋਈ, ਖਿਡਾਵਾ ਆਇਆ ਖੀਰ ਲੈ ਕੇ, ਨਹੀਂ ਮਾਰ ਸਕਿਆ। ਤੀਸਰੀ ਕੋਸ਼ਿਸ਼ ਹੋਈ, ਸਪੇਰਾ ਸੱਪ ਲੈ ਕੇ ਆਇਆ, ਨਹੀਂ ਮਾਰ ਸਕਿਆ। ਚੌਥੀ ਕੋਸ਼ਿਸ਼ ਹੋਈ, ਮਿੱਤਰ ਜਿਹੜੇ ਖੇਡਣ ਵਾਲੇ ਬਾਲਕ ਸਨ ਉਹ ਜ਼ਹਿਰ ਲੈ ਕੇ ਆਏ, ਨਹੀਂ ਮਾਰ ਸਕੇ। ਕਹਿੰਦੇ 5ਵੀਂ ਵਾਰ ਚੇਚਕ ਵੀ ਆ ਗਏ ਗੁਰੂ ਹਰਗੋਬਿੰਦ ਸਾਹਿਬ ਦੇ ਸਰੀਰ ਤੇ, ਉਹ ਵੀ ਨਹੀਂ ਮਾਰ ਸਕੀ। ਤੇ ਤੂੰ ਕੌਣ ਆਉਂਦਾ ਕਹਿਣ ਵਾਲਾ ਕਿ ਮੈਂ ਗੁਰੂ ਹਰਗੋਬਿੰਦ ਸਾਹਿਬ ਨੂੰ ਖਤਮ ਕਰ ਹੁੰਦੇ ਹੋਏ ਵੇਖ ਕੇ ਜਾਵਾਂਗਾ।
ਕਹਿੰਦੇ ਤੇਰਾ ਵਸ ਨਹੀਂ ਹੈ, ਇਹ ਪ੍ਰਤੱਖ ਹਰ ਨੇ, ਇਹ ਜਿੰਨੇ ਜਾਣਿਆ ਜਿਹਦੀ ਸਵੱਲੀ ਨਜ਼ਰ ਹੈ, ਜਿੱਥੇ ਗੁਰੂ ਦੀ ਬਖਸ਼ਿਸ਼ ਹੋਈ ਹੈ, ਉਹਨਾਂ ਨੂੰ ਇਹਨਾਂ ਵਿੱਚੋਂ ਪ੍ਰਤੱਖ ਹਰ ਦੇ ਦਰਸ਼ਨ ਹੁੰਦੇ ਨੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਚੌਂਕੀਆਂ ਆਉਂਦੀਆਂ ਰਹੀਆਂ, ਬਾਬਾ ਬੁੱਢਾ ਜੀ ਦੇ ਜੱਥੇ ਆਉਂਦੇ ਰਹੇ, ਦਰਸ਼ਨ ਨਹੀਂ ਹੋਏ ਥੱਲੋਂ ਉਸ ਕਿਲੇ ਨੂੰ। ਦੇਖੋ ਉਸ ਥਾਂ ਦਾ ਰੋਮ ਰੋਮ ਸਿੱਖਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਕਰਜ਼ਦਾਰ ਹੈ। ਉਸ ਕਿਲੇ ਨੂੰ ਜੇ ਅੱਜ ਭਾਗ ਲੱਗੇ ਨੇ, ਨਹੀਂ ਤੇ ਕਿੰਨੇ ਕੁ ਕਿਲੇ, ਕਿੰਨੇ ਕੁ ਇਮਾਰਤਾਂ ਨੇ, ਕੌਣ ਜਾਂਦਾ ਉਹਨਾਂ ਇਮਾਰਤਾਂ ਵੱਲ ਵੇਖਣ? ਕਿਹੜਾ ਉਹਨਾਂ ਇਮਾਰਤਾਂ ਕਿਲਿਆਂ ਨੂੰ ਪੂਜਿਆ ਜਾਂਦਾ ਜਾਂ ਨਤਮਸਤਕ ਹੁੰਦੇ ਆ? ਜਿੱਥੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਗੁਰੂ ਦੇ ਚਰਨ ਪੈ ਗਏ, ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ, ਗੁਰਸਿੱਖੀ ਸੋ ਥਾਨ ਭਾ ਲਿਆ, ਲੈ ਧੁਰ ਮੁਖ ਲਾਵਾਂ ਉਸ ਥਾਂ ਦੀ, ਮਸਤਕ ਤੇ ਧੂਰ ਲਾਉਂਦੇ ਨੇ। ਤਾਂਹੀਓ ਅੱਲਾ ਯਾਰ ਖਾਂ ਜੋਗੀ ਨੂੰ ਸਾਹਿਬਜ਼ਾਦਿਆਂ ਵਾਸਤੇ ਕਹਿਣਾ ਪਿਆ, ਹਿੰਦ ਮੇ ਏਕ ਹੀ ਤੀਰਥ ਹੈ ਯਾਤਰਾ ਕੇ ਲੀਏ, ਕਟਾਏ ਬਾਪ ਨੇ ਬੱਚੇ ਜਹਾਂ ਖੁਦਾ ਕੇ ਲੀਏ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪ੍ਰਥਾਏ ਜਿਸ ਵੇਲੇ ਇਹ ਕਾਰਾ ਵਾਪਰਿਆ, ਜਹਾਂਗੀਰ ਨੂੰ ਭੈੜੇ ਸੁਪਨੇ ਆਉਣ ਲੱਗ ਗਏ, ਮੌਤ ਦੇ ਸੁਪਨੇ, ਸ਼ੇਰ ਦੇ ਸੁਪਨੇ ਆਉਣ ਲੱਗ ਗਏ, ਸਿਹਤ ਪੈ ਗਈ ਢਿੱਲੀ। ਸਿਆਣਿਆਂ ਨੂੰ, ਵਿਦਵਾਨਾਂ ਨੂੰ, ਬਹੁਤ ਸਾਰੇ ਈਰਾਨ ਤੱਕ ਤੋਂ ਵੈਦ ਆਏ, ਜਾਦੂਗਰ ਆਏ ਉਹਦਾ ਇਲਾਜ ਕਰਨ, ਜਾਦੂ ਇਲਾਜ ਨਹੀਂ ਹੋਇਆ। ਸਾਈਂ ਮੀਆਂ ਮੀਰ ਕਹਿੰਦੇ, ਕਹਿੰਦੇ ਜਿਹਦੇ ਪਿਤਾ ਨੂੰ ਤੂੰ ਸ਼ਹਾਦਤ ਦਾ ਜਾਮ ਪਿਲਾਇਆ ਨਾ, ਕਹਿੰਦੇ ਇਸ ਧਰਤੀ ਦਾ ਸਭ ਤੋਂ ਵੱਡਾ ਪਾਪ ਕੀਤਾ, ਤੂੰ ਚੈਨ ਦੀ ਨੀਂਦ ਨਹੀਂ ਸੌਂ ਸਕਦਾ ਜਹਾਂਗੀਰ, ਤੂੰ ਸੌਂ ਨਹੀਂ ਸਕਦਾ ਚੈਨ ਦੀ ਨੀਂਦ। ਕਹਿੰਦੇ ਹੁਣ ਮੈਂ ਕੀ ਕਰਾਂ? ਕਹਿੰਦੇ ਪ੍ਰਤੱਖ ਹਰ ਨੂੰ ਤੂੰ ਨਜ਼ਰਬੰਦ ਰੱਖਿਆ ਹੋਇਆ, ਕਹਿੰਦੇ ਉਹਨਾਂ ਨੂੰ ਤੂੰ ਨਜ਼ਰਬੰਦ ਨਹੀਂ ਕਰ ਸਕਦਾ, ਛੱਡ ਉਹਨਾਂ ਨੂੰ। ਜਹਾਂਗੀਰ ਨੇ ਉੱਥੋਂ ਹੀ ਇਹ ਲਿਖਤੀ ਫਰਮਾਨ ਭੇਜਿਆ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਹੋ ਕਿ ਕਿਲੇ ਤੋਂ ਆਪਣਾ ਲਾਮ ਲਸ਼ਕਰ ਲੈ ਕੇ ਆਪਣੇ ਰਾਜ ਵੱਲ ਚਲੇ ਜਾਣ, ਖੁੱਲੀ ਛੁੱਟ ਹੈ। ਪਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਦੇਖੋ ਇਸ ਧਰਤੀ ਦੇ ਇਤਿਹਾਸ 'ਚ ਸਭ ਤੋਂ ਵੱਡੀ ਗੱਲ ਕੀਤੀ। ਜੇ ਆਮ ਕੈਦੀਆਂ ਦੀ ਗੱਲ ਕਰੀਏ, ਜੇ ਕਿਸੇ ਕੈਦੀ ਨੂੰ ਕਿਹਾ ਜਾਏ ਭਾਈ ਤੂੰ ਨਜ਼ਰਬੰਦ ਹੈ, ਤੈਨੂੰ ਅੱਜ ਛੱਡਿਆ ਜਾਂਦਾ ਹੈ, ਉਹਨੂੰ ਆਪਣੇ ਛੁੱਟਣ ਦੀ ਪਈ ਜਾਂਦੀ ਹੈ ਕਿ ਮੈਨੂੰ ਕੱਲ ਛੋੜ ਕੇ ਅੱਜ ਫਾਰਕ ਕੀਤਾ ਜਾਏ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਇਹੋ ਜਿਹੇ ਦਾਤੇ ਨੇ, ਇਹੋ ਜਿਹੇ ਬੰਦੀ ਛੋੜ ਦਾਤੇ ਨੇ, ਕਹਿੰਦੇ ਮੈਂ ਨਹੀਂ ਜਾਵਾਂਗਾ ਹੁਣ। ਇਹ ਜਿੰਨੇ ਵੀ ਇੱਥੇ ਰਾਜੇ ਤਸ਼ੱਦਦਾਂ ਦੁੱਖ ਸਹਿ ਰਹੇ ਨੇ, ਜਿਨ੍ਹਾਂ ਦੀ ਮੌਤ ਬਹੁਤ ਨੇੜੇ ਹੈ, ਕਹਿੰਦੇ ਉਹਨਾਂ ਨੂੰ ਮੈਂ ਨਾਲ ਲੈ ਕੇ ਜਾਵਾਂਗਾ। ਜਹਾਂਗੀਰ ਕਹਿੰਦਾ ਇਹ ਕੀ ਗੱਲ ਹੋਈ? ਫਿਰ ਕਹਿੰਦਾ ਠੀਕ ਹੈ, ਤੁਹਾਨੂੰ ਛੱਡੇ ਬਿਨਾ ਮੇਰੀ ਵੀ ਬੰਦ ਖਲਾਸੀ ਨਹੀਂ। ਕਹਿੰਦੇ ਤੁਹਾਡੇ ਚੋਲੇ ਨੂੰ ਫੜ ਕੇ ਜੋ ਚਲਾ ਜਾਏਗਾ ਉਹ ਨਿਕਲ ਜਾਏਗਾ। ਗੁਰੂ ਸਾਹਿਬ ਨੇ 52 ਕਲੀਆਂ ਦਾ ਚੋਲਾ ਬਣਵਾਇਆ, ਉਹ ਚੋਲੇ 52 ਰਾਜਿਆਂ ਨੇ 52 ਕਲੀਆਂ ਦਾ, ਸਾਰੀਆਂ ਨੇ ਇੱਕ ਇੱਕ ਕਲੀ ਫੜ ਕੇ ਉਸ ਕਿਲੇ ਤੋਂ ਬਾਹਰ ਬੰਦ ਖਲਾਸੀ ਵਾਲੇ ਗੁਰੂ ਸਾਹਿਬ ਜੀ ਦੇ ਨਾਲ ਹੀ ਤੁਰੇ ਨੇ। ਗੁਰੂ ਸਾਹਿਬ ਜਿਹੜੇ ਭੱਟ ਵਈਆਂ ਦਾ ਜ਼ਿਕਰ ਹੈ, ਗੁਰੂ ਸਾਹਿਬ ਇਹ ਅਕਤੂਬਰ ਨਵੰਬਰ ਦੇ ਮਹੀਨੇ 'ਚ ਨਹੀਂ ਨਿਕਲੇ ਨੇ। ਤਕਰੀਬਨ ਭੱਟਾਂ ਵਈਆਂ ਦਾ ਜਿਹੜਾ ਜ਼ਿਕਰ ਹੈ, ਗੁਰੂ ਸਾਹਿਬ ਇਹ ਜੂਨ ਜੁਲਾਈ ਅਗਸਤ ਤੋਂ ਇਹਨਾਂ ਮਹੀਨਿਆਂ ਦੇ ਵਿੱਚ ਗੁਰੂ ਸਾਹਿਬ ਉੱਥੋਂ ਨਿਕਲੇ ਨੇ, ਗਵਾਲੀਅਰ ਦੇ ਕਿਲੇ ਤੋਂ। ਭੱਟ ਵਈਆਂ ਵਾਲਾ ਕਹਿੰਦਾ ਕਿ ਗੁਰੂ ਸਾਹਿਬ ਉਸ ਤੋਂ ਬਾਅਦ ਸਿੱਧਾ ਅੰਮ੍ਰਿਤਸਰ ਨਹੀਂ ਆਏ, ਗੁਰੂ ਸਾਹਿਬ ਪਹੁੰਚੇ ਨੇ ਡਰੋਲੀ ਭਾਈ ਮੋਗੇ ਦੇ ਵਿੱਚ, ਉੱਥੇ ਚਰਨ ਪਾਏ ਨੇ। ਉੱਥੋਂ ਫਿਰ ਕਸ਼ਮੀਰੀ ਸਿੱਖਾਂ ਨੇ ਬੇਨਤੀ ਕੀਤੀ ਹੈ ਕਿ ਤੁਸੀਂ ਸਾਡੇ ਵੱਲ ਵੀ ਆਓ। ਇਹ ਉਹ ਕਸ਼ਮੀਰ ਦਾ ਦੌਰਾ ਨਹੀਂ ਜਦ ਗੁਰੂ ਸਾਹਿਬ ਜਿਹੜਾ ਅੱਜ ਉੱਥੇ ਗਾਂਦਰਬਲ ਥਾਂ ਬਣਿਆ ਹੋਇਆ ਗੁਰਦੁਆਰਾ ਹੈ ਛੱਟੀ ਪਾਤਸ਼ਾਹੀ ਜੀ ਦਾ, ਕਿ ਜਿਹੜੀ ਮਾਈ ਸਭਰਾਈ ਦਾ ਚੋਲਾ ਲਿਆ ਸੀ, ਨਹੀਂ, ਇਹ ਉਹ ਵੱਖਰੀ ਇੱਕ ਦਾਸਤਾਨ ਹੈ, ਵੱਖਰਾ ਇਤਿਹਾਸ ਹੈ। ਗੁਰੂ ਸਾਹਿਬ ਉੱਥੋਂ ਡਰੋਲੀ ਭਾਈ ਤੋਂ ਕਸ਼ਮੀਰ ਜੰਮੂ ਵੱਲ ਗਏ ਨੇ, ਜੰਮੂ ਵੱਲੋਂ ਜਦ ਵਾਪਸ ਆਏ ਨੇ, ਜਿਸ ਵੇਲੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਪਹੁੰਚੇ ਨੇ, ਉਹ ਦਿਨ ਸੀ ਦੀਵਾਲੀ ਵਾਲਾ। ਅੱਜ ਦੇ ਦਿਨ ਪਹੁੰਚੇ ਗੁਰੂ ਸਾਹਿਬ, ਜਿਸ ਵੇਲੇ ਸਿੱਖਾਂ ਨੂੰ ਪਤਾ ਲੱਗਿਆ, ਜਿਹਦੇ ਵਿੱਚੋਂ ਮੋਢੀ ਜਥੇਦਾਰ ਸਿੱਖ ਬਾਬਾ ਵਿਧੀ ਚੰਦ ਵਰਗੇ, ਬਾਬਾ ਜੋਧ ਸਿੰਘ ਵਰਗੇ, ਜੋਧ ਭਾਈ ਵਰਗੇ ਬੜੇ ਉੱਥੇ ਸਿੰਘਾਂ ਨੇ, ਉਹ ਜਥੇਦਾਰ ਅੱਗੇ ਆਏ ਨੇ, ਬਾਬਾ ਬੁੱਢਾ ਜੀ ਆਏ, ਭਾਈ ਗੁਰਦਾਸ ਜੀ ਆਏ ਨੇ, ਸਾਰੇ ਅੰਮ੍ਰਿਤਸਰ ਸਾਹਿਬ ਵਿੱਚ ਦੀਪਮਾਲਾ ਕੀਤੀ ਗਈ। ਤੇ ਭਾਈ ਗੁਰਦਾਸ ਜੀ ਜਿਹੜਾ ਆਪਾਂ ਖਾਸ ਭਾਈ ਗੁਰਦਾਸ ਜੀ ਦੀ ਵਾਰ ਵਿੱਚੋਂ ਇਹ ਸ਼ਬਦ ਪੜ੍ਹਦੇ ਹਾਂ, ਦੀਵਾਲੀ ਕੀ ਰਾਤ ਦੀਵੇ ਬਾਲੀਅਨ ਤਾਰੇ ਜਾਤ ਸਨਾਤ ਅੰਬਰ ਭਾਲੀਅਨ, ਗੁਰੂ ਸਾਹਿਬ ਜੀ ਨੇ ਜਿਹੜੀ ਇਹ ਸੱਚ ਦੀ ਬਿਰਤੀ ਦਿੱਤੀ ਹੈ ਨਾ ਸ਼ਬਦ ਦੇ ਵਿੱਚ, ਜਿਹਨੂੰ ਬਿਨ ਤੇਲ ਦੀਆ ਕਿਉਂ ਜਲੈ, ਉਸੀ ਚੀਜ਼ ਨੂੰ ਭਾਈ ਗੁਰਦਾਸ ਜੀ ਨੇ ਸਮਝਾਇਆ ਕਿ ਦੀਵਾਲੀ ਦੀ ਰਾਤ ਦੀਵੇ ਬਾਲੀਅਨ, ਜਿਸ ਤਰ੍ਹਾਂ ਆਪਾਂ ਦੀਵਾਲੀ ਦੀ ਰਾਤ ਬਾਹਰੀ ਦੀਵੇ ਬਾਲਦੇ ਹਾਂ, 4-5-10 ਘੰਟਿਆਂ ਬਾਅਦ ਉਹ ਦੀਵੇ ਮੁੱਕ ਜਾਂਦੇ ਆ, ਤੇਲ ਤੇ ਬੁੱਝ ਜਾਂਦੇ ਆ, ਤੇ ਭਾਈ ਗੁਰਦਾਸ ਜੀ ਕਹਿੰਦੇ ਭਾਈ ਕੱਲਾ ਅੱਜ ਦੇ ਦਿਨ ਬਾਹਰ ਦੇ ਦੀਵੇ ਨਾ ਬਾਲਿਓ ਜਿਹੜੇ 4 ਘੰਟਿਆਂ 'ਚ ਬੁੱਝ ਜਾਣ, ਅੱਜ ਦੇ ਦਿਨ ਦਾਤਾ ਬੰਦੀ ਛੋੜ ਨੂੰ ਚੇਤੇ ਕਰਦੇ ਹੋਏ ਅੰਦਰ ਦਾ ਗਿਆਨ ਦਾ ਦੀਵਾ ਬਾਲ ਲਈਏ।
ਇਹ ਤਾਰੇ ਜਾਤ ਸਨਾਤ ਅੰਬਰ ਭਾਲੀਆਂ ਨੇ। ਤਾਰੇ ਜਿਸ ਤਰ੍ਹਾਂ ਅੰਬਰ ਚ ਦਿਖਦੇ ਨੇ, ਪਰ ਜਿਸ ਵੇਲੇ ਸੂਰਜ ਚੜ੍ਹਦਾ ਤਾਰੇ ਲੁਕ ਜਾਂਦੇ ਨੇ। ਫੁੱਲਾਂ ਦੀ ਬਾਗਾਤ ਚੁਣ ਚੁਣ ਚਾਲੀਆਂ, ਫੁੱਲ ਲੱਗਦੇ ਨੇ ਬਾਗਾਨਾਂ ਦੇ ਵਿੱਚ ਪਰ ਝੜ ਜਾਂਦੇ ਨੇ, ਤੋੜੇ ਜਾਂਦੇ ਨੇ। ਇਹ ਬਾਹਰੀ ਪਸਾਰਾ ਹੈ ਮਾਇਆ ਦਾ। ਇਸੀ ਤਰ੍ਹਾਂ ਤੀਰਥ ਜਾਤੀ ਜਾਤ ਨੈਣ ਨਿਹਾਲੀਆਂ, ਇੱਥੋਂ ਯਾਤਰੂ ਤੀਰਥ ਸਥਾਨਾਂ ਤੇ ਜਾਂਦੇ ਨੇ ਪਰ ਕੋਈ ਪੱਕਾ ਠਿਕਾਣਾ ਨਹੀਂ ਕਰਦਾ ਤੀਰਥ ਸਥਾਨਾਂ ਤੇ। 4-5-10 ਦਿਨਾਂ ਬਾਅਦ ਮੁੜ ਕੇ ਵਾਪਸ ਤੀਰਥ ਸਥਾਨ ਫਿਰ ਸੁਣਨੇ ਪੈ ਜਾਂਦੇ ਨੇ। ਇਸੀ ਤਰ੍ਹਾਂ ਹਰ ਚੰਦੂਰੀ ਜਾਤ ਵਰਸਾਏ ਉਛਾਲੀਆਂ ਨੇ। ਸਾਡੇ ਜਿਹੜੇ ਖਿਆਲੀ ਮਹਿਲ ਬਣਾਏ ਹੋਏ ਨੇ ਨਾ, ਇਹ ਖਿਆਲੀ ਮਹਿਲ ਦੀ ਕੋਈ ਹਕੀਕਤ ਨਹੀਂ ਹੈ। ਹਕੀਕਤ ਇੱਕੋ ਇੱਕ ਚੀਜ਼ ਦੀ ਹੈ। ਦੀਵੇ ਬਾਲੇ ਹੋਏ ਬੁੱਝ ਜਾਣਗੇ, ਫੁੱਲ ਖਿੜੇ ਹੋਏ ਇੱਥੋਂ ਮੁਰਝਾ ਜਾਣਗੇ, ਤਾਰੇ ਹੁਣ ਦਿਸ ਰਹੇ ਨੇ ਸਵੇਰ ਹੁੰਦੀ ਇਹ ਖਤਮ ਹੋ ਜਾਣਗੇ। ਸਾਡੇ ਜਿਹੜੇ ਆਪਣੀ ਖਿਆਲੀ ਮਹਿਲ ਬਣਾਏ ਆ ਸੀ, ਉਹ ਇੱਕ ਖਿਆਲ ਦੇ ਨਾਲ ਹੀ ਖਤਮ ਹੋ ਜਾਣਗੇ। ਇਸ ਧਰਤੀ ਤੇ ਇੱਕੋ ਇੱਕ ਚੀਜ਼ ਸਦਾ ਕਾਇਮ ਰਹਿਣ ਵਾਲੀ ਹੈ, ਉਹ ਹੈ ਗੁਰਮੁਖ ਸੁਖ ਫਲ ਜਾਤ ਸ਼ਬਦ ਸੰਭਾਲੀਆਂ। ਜਿਹੜਾ ਗੁਰੂ ਕਾ ਸਿੱਖ ਸ਼ਬਦ ਦੇ ਵਿੱਚ ਸੰਭਾਲੇਗਾ ਉਹ ਜੁਗੋ ਜੁਗ ਅਟਲ ਰਹੇਗਾ। ਗੁਰੂ ਵੀ ਜੁਗੋ ਜੁਗ ਅਟਲ ਹੈ, ਗੁਰੂ ਕਾ ਸਿੱਖ ਉਸ ਸ਼ਬਦ ਦੇ ਵਿੱਚ ਸਮਾ ਕੇ ਜੁਗੋ ਜੁਗ ਅਟਲ ਰਹੇਗਾ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਹਰਿਮੰਦਰ ਸਾਹਿਬ ਦੀ ਧਰਤੀ ਤੇ ਪਹੁੰਚੇ ਆ, ਦੀਪਮਾਲਾ ਹੋਈ, ਬੜੇ ਸ਼ੁਕਰਾਨੇ ਖੁਸ਼ੀਆਂ ਮਨਾਈਆਂ ਸਿੱਖਾਂ ਨੇ। ਇਸ ਤੋਂ ਬਾਅਦ ਜਹਾਂਗੀਰ ਦੇ ਨਾਲ ਸਿੱਧੋ ਸਿੱਧ ਹੋਇਆ ਗੁਰੂ ਸਾਹਿਬ। ਜਹਾਂਗੀਰ ਦੇ ਨਾਲ ਪਹਿਲੀ ਜੰਗ ਹੋਈ, ਇਸ ਤੋਂ ਬਾਅਦ ਬਾਜ ਆਇਆ, ਸਿੱਖਾਂ ਨੇ ਕਿਹਾ ਜਹਾਂਗੀਰ ਦਾ ਬਾਜ ਵਾਪਸ ਕਰੋ, ਕਿਉਂਕਿ ਇਸ ਤੋਂ ਪਹਿਲਾਂ ਜਹਾਂਗੀਰ ਦਿੱਲੀ ਸੀ ਫਿਰ ਲਾਹੌਰ ਦੀ ਧਰਤੀ ਤੇ ਆ ਗਿਆ। ਪਰ ਗੁਰੂ ਸਾਹਿਬ ਨੇ ਐਲਾਨੀਆਂ ਕਿਹਾ ਕਿ ਇਨ ਤੇ ਬਾਜ ਨਹੀਂ ਅਬ ਦੇਣਾ, ਇਨ ਤੇ ਤਾਜ ਰਾਜ ਹਬ ਸਭ ਲੈਣਾ। ਕਹਿੰਦੇ ਹੁਣ ਤੇ ਤਾਜ ਔਰ ਰਾਜ ਵੀ ਲੈ ਲੈਣਾ। ਚਾਰ ਜੰਗਾਂ ਹੋਈਆਂ ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਜਹਾਂਗੀਰ ਨਾਲ, ਇੱਕ ਵੀ ਜੰਗ ਜਹਾਂਗੀਰ ਨਹੀਂ ਜਿੱਤ ਸਕਿਆ, ਚਾਰਾਂ ਦੀ ਚਾਰਾਂ ਜੰਗਾਂ ਹਾਰ ਗਿਆ। ਔਰ ਇਸ ਤੋਂ ਬਾਬਤ ਜਿਹੜੇ ਪਹਾੜੀ ਰਾਜੇ, ਜਿਹੜੇ 52 ਰਾਜਿਆਂ ਨੂੰ ਗੁਰੂ ਹਰਗੋਬਿੰਦ ਸਾਹਿਬ ਬੰਦ ਖਲਾਸੀ ਕਰਾ ਕੇ ਰਿਹਾ ਏ, ਉਹਨਾਂ ਹੀ 52 ਰਾਜਿਆਂ ਦੇ ਵਿੱਚੋਂ ਕਈਆਂ ਰਾਜਿਆਂ ਨੇ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਬਗਾਵਤ ਕੀਤੀ, ਉਹਨਾਂ ਦੇ ਮਨ 'ਚ ਇਹ ਵੀ ਖਿਆਲ ਨਹੀਂ ਆਇਆ ਕਿ ਇਹਦੇ ਦਾਦਾ ਜੀ ਨੇ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਾਦਾ ਜੀ ਨੇ ਸਾਡੇ ਬਜ਼ੁਰਗਾਂ ਨੂੰ ਛੁਡਾਇਆ ਸੀ ਕੈਦ ਵਿੱਚੋਂ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਪਿਤਾ ਨੇ ਸਾਡੇ ਧਰਮ ਦੀ ਚਾਦਰ, ਜਿਹਨੂੰ ਕਿਹਾ ਗਿਆ ਕਿ ਦਹ ਦਹਿਲੀ ਸਿਰ ਠੀਕਰ ਫੋਰ ਦਲੀ ਸਿਰ ਪ੍ਰਭਪੁਰ ਕੀਆ ਪਿਆਨ ਤੇਗ ਬਹਾਦਰ ਸੀਕਰੀਆ ਕਰੀ ਨਾ ਕਿਨਹੂ ਆਨ ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਗ ਹੈ 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 ਸਭ ਜਗ ਭਇਓ ਜੈ 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 ਸੁਰਲੋਕ। ਆਪ ਸਾਰੀਆਂ ਸੰਗਤਾਂ ਨੂੰ ਬੰਦੀ ਛੋੜ ਦਿਵਸ ਦੀਆਂ ਬੇਅੰਤ ਮੁਬਾਰਕਾਂ। ਸਤਿਗੁਰ ਬਖਸ਼ਿਸ਼ ਕਰਨ, ਇਹ ਅੰਦਰ ਦਾ ਗਿਆਨ ਦਾ ਦੀਵਾ ਆਪਾਂ ਬਾਲੀਏ। ਇਸੀ ਥਾਂ ਤੇ ਰੋਜ਼ ਤਕਰੀਬਨ 8 ਤੋਂ ਲੈ ਕੇ 9 ਵਜੇ ਤੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਹਿਜ ਪਾਠ ਦੀ ਲੜੀ ਚੱਲ ਰਹੀ ਹੈ ਜੀ। 100 ਅੰਗ ਹੋ ਚੁੱਕੇ ਨੇ ਜੀ। ਆਪ ਜਿੰਨੀਆਂ ਸੰਗਤਾਂ ਜਿਹੜੀਆਂ ਆਉਂਦੀਆਂ ਨੇ ਉਹਨਾਂ ਨੂੰ ਨਤਮਸਤਕ ਹੈ, ਮੁਬਾਰਕ ਹੈ। ਜਿਹੜੀਆਂ ਸੰਗਤਾਂ ਨਹੀਂ ਆਉਂਦੀਆਂ ਨੇ ਉਹਨਾਂ ਸਾਰਿਆਂ ਨੂੰ ਬੇਨਤੀ ਹੈ ਜੀ, ਉਹ ਇਸ ਦਰਬਾਰ 'ਚ ਇੱਕ ਵਾਰੀ ਆ ਕੇ ਸਹਿਜ ਪਾਠ ਦੀ ਲੜੀ ਦੇ ਵਿੱਚ ਹਾਜ਼ਰੀ ਲਾਉਣ, ਤਾਂ ਕਿ ਸਾਡਾ ਜੀਵਨ ਜਿਹੜਾ ਹੈ, ਜਿਹਨੂੰ ਸਿੱਖਾਂ ਦੀ ਜਿਹੜੀ ਬਣਾਈ ਹੋਈ ਅਰਦਾਸ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਗੁਰੂ ਤੇਗ ਬਹਾਦਰ ਤੱਕ ਦਾ ਜ਼ਿਕਰ ਕੀਤਾ, ਤੇਗ ਬਹਾਦਰ ਸਿਮਰਿਆ ਘਰ ਨੌ ਨੇ ਦੇ ਆਵੈ ਧਾਏ ਸਭ ਥਾਈ ਹੋਈ ਸਹਾਏ, 10ਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ। ਇੱਥੋਂ ਬਾਅਦ ਜਿਹੜੀ ਅਰਦਾਸ 10ਵੇਂ ਪਾਤਸ਼ਾਹ ਤੋਂ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਦੀਦਾਰ ਕਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਤੇ ਪਾਠ ਤੇ ਦੀਦਾਰ ਕੀ ਹੈ? ਜਿੰਨਾ ਚਿਰ ਤੱਕ ਗੁਰੂ ਕਾ ਸਿੱਖ ਵਿਚਾਰ ਕੇ ਪਾਠ ਨਹੀਂ ਕਰਦਾ ਨਾ, ਉਹਨਾਂ ਚਿਰ ਤੱਕ ਗੁਰੂ ਗ੍ਰੰਥ ਸਾਹਿਬ ਜੀ ਦੇ ਦੀਦਾਰ ਨਹੀਂ ਹੁੰਦੇ। ਧੰਨਵਾਦ ਹੈ ਆਪ ਸਾਰਿਆਂ ਦੇ ਮਾਣ ਪਿਆਰ ਦਾ। ਬਹੁਤ ਹੀ ਪਤਵੰਤੇ ਸੱਜਣ ਅੱਜ ਸੰਗਤ 'ਚ ਪਹੁੰਚੇ ਨੇ, ਸਾਰਿਆਂ ਨੂੰ ਜਿਉਂ ਆਇਆਂ ਨੂੰ ਸਮੁੱਚੇ ਤੌਰ 'ਤੇ ਸਾਰਿਆਂ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਖਿਮਾ। ਗੱਜ ਵੱਜ ਕੇ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋਨਿਹਾ ਪਰਮ ਸਤਿਕਾਰਯੋਗ।